ਇਸ ਵਕਤ ਮੌਜੂਦ ਆ ਉਹੀ ਝਬਾਲ ਦੇ ਵਿਖੇ ਜਿਹੜਾ ਵਿਜੇ ਸਲੂਨ ਹੈ ਉੱਥੇ ਮੌਜੂਦ ਆ। ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਹਮਲਾ ਜਿਹੜਾ ਹੋਇਆ ਹੈ ਔਰ ਗੋਲੀਆਂ ਦੇ ਨਿਸ਼ਾਨ ਜਿਹੜੇ ਨੇ ਇੱਥੇ ਪਏ ਨੇ। ਮੋਨੂ ਚੀਮਾ ਜਿਹੜੇ ਸੋਨੂ ਚੀਮਾ ਨੇ ਇੱਥੇ ਜਿਹੜਾ ਕਟਿੰਗ ਕਰਾ ਰਹੇ ਸੀ ਤਾਂ ਹਮਲਾਵਰ ਆਉਂਦੇ ਨੇ ਔਰ ਗਨ ਪੁਆਇੰਟ ਕਰ ਦਿੰਦੇ ਨੇ। ਜੇ ਗੱਲ ਕੀਤੀ ਜਾਵੇ ਤਾਂ ਸਲੂਨ ਦੇ ਮਾਲਕ ਸਾਡੇ ਨਾਲ ਉਹਨਾਂ ਦਾ ਮੌਜੂਦ ਹੈ। ਸਰ ਕੀ ਸਾਰਾ ਮਾਮਲਾ ਹੋਇਆ, ਕੀ ਵਾਕਿਆ ਹੋਇਆ ਸੀ? ਸਰ ਉਹ ਵਾਲ ਕਟਾਉਣ ਆਏ ਸਵੇਰੇ, ਦੁਕਾਨ ਖੁੱਲ੍ਹੇ ਉਹਦੇ ਅੱਧੇ ਘੰਟੇ ਬਾਅਦ ਆਏ ਨੇ ਵਾਲ ਕਟਾ ਕੇ, ਅਤੇ ਜਦੋਂ ਵਾਲ ਕੱਟ ਕੇ ਅਤੇ ਉਹ ਇੱਥੇ ਆਣ ਕੇ ਆਪਣੇ ਕੱਪੜੇ ਪਾ ਕੇ ਅਤੇ ਬੱਚੇ ਨਾਲ ਗੱਲ ਕਰਨ ਡੇ ਅਤੇ ਗੱਲਾਂ ਕਰਨ ਡੇ ਅਤੇ ਉਹ ਜਦੋਂ ਵਾਲ ਕਟਾਉਂਦੇ ਉਦੋਂ ਹੀ ਇੱਕ ਗਾਹਕ ਆਇਆ, ਉਹ ਆਉਂਦਾ ਜੀ ਵੀ ਮੈਂ ਦਾੜ੍ਹੀ ਕਟਾਉਣਾ ਵਾਂ ਅਤੇ ਕਿੰਨਾ ਕੁ ਟਾਈਮ ਲੱਗਣਾ। ਉਹ ਖਲੋਤਾ ਰਿਹਾ ਉੱਥੇ, ਮੈਂ ਇੱਕ ਨੰਬਰ ਆਇਆ ਅਤੇ ਉਹ ਖਲੋ ਗਿਆ। ਖਲੋਣ ਦੇ ਬਾਅਦ ਸਰਪੰਚ ਜੀ ਆਣ ਕੇ ਗੱਲਾਂ ਕਰਨ ਡਿਆ ਪਿਆ ਅਤੇ ਮੈਂ ਦੂਜੇ ਕਸਟਮਰ ਨੂੰ ਬਿਠਾਇਆ ਅਤੇ ਉਹ ਨਾਲ ਹੀ ਉੱਥੇ ਖਲੋਤਾ ਸੀ ਅਤੇ ਉਹਨੇ ਉੱਥੇ ਦੋ ਗੋਲੀਆਂ ਮਾਰਿਆ ਉਹਨਾਂ ਨੂੰ। ਜਿਹੜੇ ਆਪਣੇ ਮੋਨੂ ਚੀਮਾ ਜਿਹੜੇ ਆਏ ਨੇ ਸੋਨੂ ਚੀਮਾ ਜੀ, ਉਹਨਾਂ ਦੇ ਨਾਲ ਕੋਈ ਹੋਰ ਵੀ ਨਾਲ ਬੰਦਾ ਆਇਆ ਸੀ? ਜੀ ਉਹਨਾਂ ਦਾ ਮਿੱਤਰ ਮਲਕੀਤ ਭਲਵਾਨ, ਉਹਨਾਂ ਦਾ ਮਿੱਤਰ, ਉਹ ਨਾਲ ਹੀ ਦੋ ਜਣੇ। ਵੈਪਨ ਨਹੀਂ ਸੀ ਅੱਜ ਉਹਨਾਂ ਕੋਲ? ਉਹਨਾਂ ਕੋਲ ਅੱਜ ਮੈਂ ਵੈਪਨ ਨਹੀਂ ਵੇਖਿਆ ਜੀ। ਜੀ ਪਹਿਲਾਂ ਵਾਈਪਨ ਉਹਨਾਂ ਦੇ ਕੋਲ ਹੁੰਦਾ? ਹਾਂ ਜੀ, ਜੋ ਉਹਨਾਂ ਦੇ ਕੋਲ ਹੁੰਦਾ ਸੀ, ਅੱਜ ਮੈਂ ਨਹੀਂ ਵੇਖਿਆ ਦੁਕਾਨ 'ਤੇ ਨਾਲ ਨਹੀਂ। ਉਸ ਤੋਂ ਬਾਅਦ ਫਿਰ ਲੈ ਗਏ ਅੰਮ੍ਰਿਤਸਰ? ਉਸ ਤੋਂ ਬਾਅਦ ਅਸੀਂ ਸਾਰੇ ਮਿਲ ਕੇ ਲੱਦ ਕੇ ਗੱਡੀ 'ਚ ਦਿੱਤਾ ਅਤੇ ਉਹ ਲੈ ਗਏ ਮਨਦੀਪ ਹੋਸਪਿਟਲ, ਅਤੇ ਉੱਥੋਂ ਆਉਂਦੇ ਠੀਕ ਆ। ਫਿਰ ਥੋੜ੍ਹੀ ਦੇਰ ਬਾਅਦ ਖਬਰ ਆਇਆ ਜੀ ਵੀ ਉਹਨਾਂ ਨੇ ਮਾਰ ਕੇ ਉਸੇ ਵੇਲੇ ਭੱਜ ਗਏ? ਜੀ ਸਰ, ਉਸੇ ਵੇਲੇ ਉਹਨਾਂ ਨੇ। ਬਿਲਕੁਲ, ਇਹ ਸਲੂਨ ਦੇ ਮਾਲਕ ਨੇ ਇਹਨਾਂ ਦਾ ਕਹਿਣਾ ਕਿ ਜਦੋਂ ਗਨ ਸ਼ੋਟ ਆਇਆ ਤਾਂ ਜਿਹੜੇ ਗੋਲੀਆਂ ਮਾਰਨ ਆਏ ਸੀ ਯੁਵਕ ਉਸੇ ਵੇਲੇ ਹੀ ਫਰਾਰ ਹੋ ਗਏ। ਹਾਲਾਂਕਿ ਘਟਨਾ ਜਿਹੜੀ ਹੈ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਈ ਹੈ ਔਰ ਐਸਐਸਪੀ ਤਰਨ ਤਾਰਨ ਜਿਹੜੇ ਅਸ਼ਵੀ ਕਪੂਰ ਨਾਲ ਗੱਲਬਾਤ ਹੋਈ ਹੈ, ਉਹਨਾਂ ਨੇ ਕਿਹਾ ਕਿ ਪਹਿਲਾਂ ਵੀ ਜਿਹੜਾ ਹੈ ਸੋਨੂ ਚੀਮਾ ਨੂੰ ਕਈ ਵਾਰ ਥਰੈਟ ਆ ਚੁੱਕੀ ਹੈ। ਅੰਮ੍ਰਿਤਪਾਲ ਬਾਠੀ ਨਾਮ ਦਾ ਜਿਹੜਾ ਨਟੋਰੀਅਸ ਟਾਈਪ ਬੰਦਾ ਜਿਹੜਾ ਹਾਲਾਂਕਿ ਵਿਦੇਸ਼ ਜਰਮਨ ਦੇ ਵਿੱਚ ਬੈਠਾ ਹੋਇਆ, ਉਸ ਵੱਲੋਂ ਵੀ ਕਈ ਵਾਰ ਇਹਨਾਂ ਨੂੰ ਥਰੈਟ ਕੀਤਾ ਗਿਆ ਔਰ ਕਿਤੇ ਨਾ ਕਿਤੇ ਉਸ ਐਂਗਲ ਤੋਂ ਵੀ ਜਿਹੜੀ ਹੈ ਜਾਂਚ ਕੀਤੀ ਜਾ ਰਹੀ ਹੈ। ਤਾਂ ਇਹ ਉਹ ਦੁਕਾਨ ਹੈ ਜਿੱਥੇ ਸੋਨੂ ਚੀਮੇ ਦਾ ਸਾਰਾ ਘਟਨਾ ਵਾਪਰੀ ਹੈ। ਇਸ ਜਗ੍ਹਾ ਦੇ ਬਾਹਰ ਦੋ ਸ਼ੂਟਰ ਜਿਹੜੇ ਆਉਂਦੇ ਨੇ ਔਰ ਇਸ ਦੁਕਾਨ ਦੇ ਅੰਦਰ ਜਾਂਦੇ ਨੇ, ਜਿਸ ਤੋਂ ਬਾਅਦ ਉਸਨੂੰ ਗੋਲੀਆਂ ਮਾਰ ਦਿੱਤੀਆਂ ਜਾਂਦੀਆਂ ਨੇ, ਜਿਸ ਨੂੰ ਅਮਨਦੀਪ ਹਸਪਤਾਲ ਵਿਖੇ ਲਿਜਾਇਆ ਜਾਂਦਾ ਅੰਮ੍ਰਿਤਸਰ ਔਰ ਸੋਨੂ ਚੀਮਾ ਦੀ ਜਿਹੜੀ ਹੈ ਮੌਤ ਹੋ ਜਾਂਦੀ ਹੈ। ਪਰ ਫਿਲਹਾਲ ਇਹ ਵੀ ਜਾਂਚ, ਸੀਸੀਟੀਵੀ ਸਾਰੀ ਜਿਹੜੀ ਘਟਨਾ ਜਿਹੜੀ ਕੈਦ ਹੋ ਗਈ ਹੈ, ਇਹ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਕਿਸ ਤਰਫ ਤੋਂ ਸ਼ੂਟਰ ਆਏ ਸੀ, ਕਿਉਂਕਿ ਤਸਵੀਰ ਦੇਖ ਸਕਦੇ ਹੋ ਇਹ ਸੜਕ ਜਿਹੜੀ ਹੈ ਅੰਮ੍ਰਿਤਸਰ ਨੂੰ ਜਾਂਦੀ ਹੈ ਔਰ ਦੂਸਰੇ ਪਾਸੇ ਖੇਮਕਰ ਨੂੰ ਜਾਂਦੀ ਹੈ ਔਰ ਬਾਈਕ 'ਤੇ ਸਵਾਰ ਉਹ ਦੋ ਸ਼ੂਟਰ ਕਿਸ ਪਾਸੇ ਗਏ ਨੇ ਇਹਦੀ ਵੀ ਜਾਂਚ ਕੀਤੀ ਜਾ ਰਹੀ ਹੈ। ਔਰ ਅੰਮ੍ਰਿਤਪਾਲ ਬਾਠ ਦਾ ਨਾਮ ਜਿਹੜਾ ਇਸ ਕੇਸ ਦੇ ਨਾਲ ਜੁੜਦਾ ਹੋਇਆ ਨਜ਼ਰ ਆ ਰਿਹਾ ਔਰ ਜਰਮਨ ਬੇਸਡ ਉਹ ਹੈਗਾ ਔਰ ਨਟੋਰੀਅਸ ਟਾਈਪ ਦਾ ਬੰਦਾ ਦੱਸਿਆ ਜਾ ਰਿਹਾ ਫਿਲਹਾਲ, ਕਿਉਂਕਿ ਸੋਨੂ ਚੀਮਾ ਨੂੰ ਦੋ ਤਿੰਨ ਵਾਰੀ ਉਹ ਥਰੈਟ ਜਿਹੜੀ ਹੈ ਫੇਸਬੁੱਕ 'ਤੇ ਵੀ ਕਰ ਚੁੱਕਾ ਸੀ ਔਰ ਇਸ ਸੰਬੰਧੀ ਜਿਹੜੀ ਹੈ ਜਾਣਕਾਰੀ ਤਰਨ ਤਾਰਨ ਦੇ ਐਸਐਸਪੀ ਵੱਲੋਂ ਜਿਹੜੀ ਹੈ ਦਿੱਤੀ ਗਈ ਹੈ। ਫਿਲਹਾਲ ਜਾਂਚ ਚੱਲ ਰਹੀ ਹੈ ਔਰ ਕਿਸ ਵਿਸ਼ੇ ਤੱਕ ਪਹੁੰਚੀ ਹੈ ਦੇਖਣਾ ਹੋਵੇਗਾ। ਜੋ ਅੱਜ ਮੁੱਖ ਵਾਰਦਾਤ ਹੋਈ ਆ ਮੇਰੇ ਘਰ ਦੇ ਥੱਲੇ ਦੁਕਾਨ ਵਿੱਚ ਹੋਈ ਆ। ਸਵੇਰੇ ਕਰੀਬ 8:59 'ਤੇ ਮੈਂ ਉੱਪਰ ਘਰੇ ਸੀ ਅਤੇ ਮੈਨੂੰ ਗੋਲੀਆਂ ਦਾ ਆਵਾਜ਼ ਆਈ ਅਤੇ ਮੈਂ ਇੱਕਦਮ ਥੱਲੇ ਆਇਆ। ਜਦੋਂ ਆਇਆ ਤਾਂ ਅਮਨ ਕੁਮਾਰ ਸੋਨੂ ਚੀਮਾ ਜੀ ਸਰਪੰਚ ਅੱਡੇ 'ਚ ਭਾਲਦੇ ਆ, ਉਹਨਾਂ ਨੂੰ ਗੱਡੀ 'ਚ ਪਾ ਕੇ ਲਿਜਾ ਰਿਹਾ ਸੀ। ਘਰੋਂ ਥੱਲੇ ਆਉਣ 'ਤੇ ਪਤਾ ਲੱਗਾ ਕਿ ਇਹਨਾਂ ਨੂੰ ਦੋ ਹਮਲਾਵਰ, ਇੱਕ ਜਿਹੜਾ ਬਾਹਰ ਸੀ ਅਤੇ ਇੱਕ ਜਿਹੜਾ ਅੰਦਰ 8:56 'ਤੇ ਐਂਟਰ ਹੋਇਆ ਸੀ, 54 ਮਿੰਟ 'ਤੇ ਐਂਟਰ ਹੋਇਆ ਸੀ, ਕਰੀਬ 6 ਮਿੰਟ ਦੁਕਾਨ ਦੇ ਅੰਦਰ ਆ। ਉਹਨਾਂ ਚੰਗੀ ਤਰ੍ਹਾਂ ਵੇਖ ਕੇ ਕਿ ਇਹੀ ਮਤਲਬ ਪਛਾਣ ਕਰਕੇ ਕਿ ਇਹੀ ਸਰਪੰਚ ਆ, ਉਹਨਾਂ ਨੇ ਫਿਰ ਇਹਨਾਂ ਨੂੰ ਮਤਲਬ ਅੰਦਰੇ ਦੋ ਗੋਲੀਆਂ ਮਾਰੀਆਂ। ਜਦੋਂ ਕਿ ਇਹਨਾਂ ਨੂੰ ਬਾਅਦ ਵਿੱਚ ਪਤਾ ਲੱਗਾ ਕਿ ਅਮਨਦੀਪ ਹੋਸਪਿਟਲ ਲੈ ਗਏ ਆ, ਕੁਛ ਚਿਰ ਪਹਿਲਾਂ ਤਾਂ ਪਹਿਲਾਂ ਕਹਿ ਰਹੇ ਸੀ ਕਿ ਵੀ ਠੀਕ ਆ, ਬਾਅਦ ਵਿੱਚ ਪਤਾ ਲੱਗਾ ਕਿ ਇਹਨਾਂ ਦੀ ਡੈਥ ਹੋ ਗਈ, ਜੋ ਕਿ ਬਹੁਤ ਮੰਦਭਾਗੀ ਆ। ਬਿਲਕੁਲ ਜੀ ਹਾਲਾਤ ਦਿਨੋਂ ਦਿਨ ਮਾੜੇ ਹੋ ਰਹੇ ਆ। ਗੁੰਡਾਗਰਦੀ, ਹਮਲਾਵਰ, ਜੋ ਵੀ ਕੁਛ ਹੈ, ਚਲੋ ਇਹ ਤਾਂ ਇੱਕ ਸਰਪੰਚ ਸੀ, ਇੱਕ ਨਾਮੀ ਬੰਦਾ ਸੀ ਹੈ ਨਾ ਅੱਡੇ ਦਾ, ਕੁਛ ਹਥਿਆਰ ਵੀ, ਕੁਛ ਬੰਦੇ ਵੀ ਇਹਨਾਂ ਕੇ ਟਾਈਮ ਹਰ ਟਾਈਮ ਰਹਿੰਦੇ ਸੀ। ਬਸ ਜੋ ਆਮ ਬੰਦਾ ਜਿਹਦੇ ਕੋਲ ਕੋਈ ਵੀ ਨਹੀਂ ਤਾਂ ਉਹਦਾ ਹਾਲਾਤ ਕੀ ਹੋਏਗਾ ਇਸ ਟਾਈਮ? ਸੋਨੂ ਚੀਮਾ ਕਿਵੇਂ ਦੇ ਮਤਲਬ ਸਮਾਜਿਕ ਕੰਮਾਂ ਵਿੱਚ ਵਿਚਰਦੇ? ਦੇਖੋ ਜੀ, ਕਿਵੇਂ ਦੇ ਲੋਕਾਂ ਦੀ ਹੈਲਪ? ਬਹੁਤ ਹੀ, ਮੈਂ ਜ਼ਿਆਦਾਤਰ ਤਾਂ ਗਰੀਬਾਂ ਦੇ, ਜੋ ਗਰੀਬ ਲੋਕ ਸੀ ਉਹਨਾਂ ਦੇ ਆਵਾਜ਼ ਸੀ, ਮਸੀਹਾ ਸੀ ਉਹਨਾਂ ਦੇ, ਵਧੀਆ ਉਹਨਾਂ ਦੇ ਕੰਮ ਆਉਂਦੇ ਸੀ, ਜੋ ਵੀ ਜਦੋਂ ਵੀ ਕੋਈ ਚਲੇ ਜਾਂਦਾ ਹੈਲਪਫੁੱਲ ਸੀ ਉਹਨਾਂ ਵਾਸਤੇ। ਭਾਈ ਬਹੁਤ ਦੁੱਖ ਦੀ ਘੜੀ ਗੱਲ ਹੈ।
ਅੱਜ ਤਾਂ ਮੈਂ ਸੁਣ ਕੇ ਹੈਰਾਨ ਹੀ ਰਹਿ ਗਏ ਹੈ। ਜੇ ਤਾਂ ਇੰਨੇ ਬੰਦੇ ਤਗੜੇ ਆ, ਇੱਕ ਸਰਪੰਚ ਆ ਬਹੁਤ ਨਾਂ ਦਾ, ਉਹਨੂੰ ਨਹੀਂ ਬਖਸ਼ਿਆ ਕਿਸੇ ਨੇ, ਅਤੇ ਗਰੀਬ ਬੰਦੇ ਦਾ ਕੀ ਹਾਲ ਹੋਣਾ ਇੱਥੇ। ਬਹੁਤ ਦੁੱਖ ਵਾਲੀ ਗੱਲ ਹੋਈ।